दोस्तों तुसी जुड़े हो रंग एफ एम दे नाल ते मैं तुहाडा दोस्त सफर असी अज टिकरी पहुंचे हां ते साडे नाल फिरोजपुर पटेल नगर तो मनविंदर सिंह संधू बाई होरी ने सोशल वर्क भी करते हैं ते कुंडली बॉर्डर ते भी इन्होंने लाइट्स का जिहड़ा प्रबंध आ ओह काफी कीता ते लंगर भी जिहड़ा उत्थे आ इह चला रहे आ सहूलतां इन्हां कोल हैगियां जां किस की इत्थे स्थिति है ते वी किहो जिहे हालातां च इत्थे बैठे आ ते असीं आवाज इही पहुंचाउणी चाहुंदे आ कि साडे आ के इत्थे देखण सही किस हालात च असीं बैठे होए आ इत्थे ठीक है इन्हां दीआं मजबूरियां देखो इत्थे कोई मोबाइल टॉयलेट्स नहीं है सरकार वल्लों किसे तरह की कोई व्यवस्था नहीं की गई यह कोई पहली बारी नहीं होया साडे पंजाबियों नाल शुरू तो ही वितकरे कर दियां आईयां सेंटर दीआं सरकारां चाहे बीजेपी की होवे चाहे वह कांग्रेस की सरकार होवे साडे नाल पंजाबियों नाल मतरेई मां वाला विहार हुंदा ही आया ते असीं अज उही देखण आए सीगे इत्थे इत्थे तुसीं देखिया ही होणा मैनूं 20-25 किलोमीटर तक तां लाइनां लग्गियां होईयां गड्डियां ने बड़ी मुश्किल नाल असीं इत्थों तक पहुंचे आ ते इत्थे बहुत उत्साह है सारियां च इह वेट करदे आ जित दी असीं वेट कर रहे हां जित के जावांगे चढ़दी कला च सारे हां जी ਧਰਨੇ ਦੇ ਲੋਕਾਂ ਨੂੰ ਤੁਸੀਂ ਕੋਈ ਇਦਾਂ ਦੀ ਰਾਏ ਦੇਣਾ ਚਾਹੋਗੇ ਕਿ ਇਹਨਾਂ ਨੂੰ ਜਿਹੜੇ ਰਾਤ ਦੇ ਪ੍ਰਬੰਧ ਨੇ ਟਿੱਕਰੀ ਵਾਲੇ ਪਾਸੇ ਇਹਨਾਂ ਨੂੰ ਕਿੱਦਾਂ ਦੇ ਕਰਨੇ ਚਾਹੀਦੇ ਨੇ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਕੁੰਡਲੀ ਵਾਲੇ ਪਾਸੇ ਜਿਹੜੇ ਧਰਨਾ ਉਹਨੂੰ ਸੰਨ ਲਾਉਣ ਦੀ ਕੋਸ਼ਿਸ਼ ਆ ਜਿਹੜੀ ਬੜੇ ਵੱਡੇ ਲੈਵਲ ਤੇ ਕੀਤੀ ਜਾ ਰਹੀ ਆ ਬਹੁਤ ਬੰਦੇ ਉੱਥੇ ਸ਼ਰਾਬ ਬਣਦੇ ਫੜੇ ਜਾਂਦੇ ਨੇ ਬਹੁਤ ਬੰਦੇ ਉੱਥੇ ਡਰੋਨ ਘੁਮਾਉਂਦੇ ਫੜੇ ਜਾਂਦੇ ਨੇ ਪਰਸੋਂ ਦੀ ਰਾਤ ਉੱਥੇ ਕੁੜੀਆਂ ਤੱਕ ਵੀ ਆ ਜਿਹੜੀ ਆ ਉਹ ਭੇਜੀਆਂ ਗਈਆਂ ਨੇ ਕਿਸਾਨਾਂ ਦੇ ਧਰਨੇ ਨੂੰ ਸੰਨ ਲਾਉਣ ਦੇ ਲਈ ਸੋ ਇੱਥੇ ਦੇ ਲੋਕਾਂ ਨੂੰ ਉੱਥੇ ਦੇ ਧਰਨੇ ਦੀ ਅਪਡੇਟ ਨਹੀਂ ਕੁਛ ਥੋੜਾ ਨੈਟਵਰਕਿੰਗ ਦੀ ਵੀ ਪ੍ਰੋਬਲਮ ਆ ਰਹੀ ਹੈ ਹਾਂਜੀ ਬਿਲਕੁਲ ਇੱਕ ਤਾਂ ਇਹ ਕੁਝ ਜੀਆਂ ਚਾਲਾਂ ਦੇਖੋ ਤੁਸੀਂ ਇਹਨਾਂ ਨੇ ਇੱਥੇ ਨੈਟ ਬੰਦ ਕਰਦੇ ਆ ਤਾਂ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਪਿੱਛੇ ਰਿਪੋਰਟ ਨਾ ਦੇ ਸਕਣ ਇੱਕ ਦੂਸਰੇ ਨੂੰ ਇਹ ਦੱਸ ਨਾ ਸਕਣ ਠੀਕ ਹੈ ਜੀਓ ਦਾ ਬਿਲਕੁਲ ਹੀ ਬੰਦ ਹੈ ਉਹ ਮੇਰੇ ਖਿਆਲ 'ਚ ਤੁਹਾਨੂੰ ਮੀਡੀਆ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੋਊਗੀ ਠੀਕ ਹੈ ਸਾਨੂੰ ਕਿਤੇ ਪਾਸੇ ਜਾ ਕੇ ਦੂਰ ਜਾ ਕੇ ਅਸੀਂ ਅਪਡੇਸ਼ਨ ਅਪਡੇਟ ਪਾਉਂਦੇ ਆ ਜੋ ਵੀ ਮੌਜੂਦਾ ਹਾਲਾਤ ਹੁੰਦੇ ਆ ਅਸੀਂ ਰਾਤ ਨੂੰ ਉਸ ਵਾਲੀ ਸਾਈਡ ਤੇ ਅਸੀਂ ਪਹਿਰੇ ਲਾਉਂਦੇ ਆ ਰਾਤ ਨੂੰ ਕੋਈ ਸ਼ਰਾਰਤੀ ਅਨਸਰ ਆ ਕੇ ਕੋਈ ਹੁੱਲੜਬਾਜ਼ੀ ਨਾ ਕਰਨ ਕੁਛ ਇਹੋ ਜਿਹੀ ਹਰਕਤ ਨਾ ਕਰਨ ਜਿਹਦੇ ਨਾਲ ਅਸੀਂ ਪੰਜਾਬੀ ਬਦਨਾਮ ਹੋਈਏ ਜਿਹੜਾ ਸਾਡਾ ਸੰਘਰਸ਼ ਹੈ ਵੀ ਇਹ ਹੁਣ ਲਾਸਟ ਪੜਾਅ ਤੇ ਹੈ ਅਸੀਂ ਤਿੰਨ ਪੜਾਅ ਜਿਹੜੇ ਉਹ ਕਲੀਅਰ ਕਰ ਲਿਆ ਚੌਥਾ ਪੜਾਅ ਜਿਹੜਾ ਅਸੀਂ ਉੱਥੇ ਪਹੁੰਚੇ ਹੋਏ ਆ ਤੇ ਇਹ ਹੁਣ ਬੜਾ ਸੋਚ ਸਮਝ ਕੇ ਕਦਮ ਰੱਖਣ ਵਾਲੀ ਗੱਲ ਹੈ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਮੈਂ ਇੱਧਰ ਜਿਹੜੇ ਵੀਰ ਬੈਠੇ ਇਹਨਾਂ ਨੂੰ ਵੀ ਰਾਤ ਨੂੰ ਪਹਿਰਾ ਦਿਓ ਔਰ ਕੁਝ ਬੰਦੇ ਵਿੱਚ ਖਰਾਬ ਕਰਨ ਵਾਲੇ ਆਉਂਦੇ ਹੁੱਲੜਬਾਜ਼ ਉਹ ਸਾਡੇ ਨਾਂ ਨਾਲ ਹੀ ਜੋੜਿਆ ਜਾਣਾ ਇਹਨਾਂ ਤੋਂ ਸੁਚੇਤ ਰਹੋ ਧਿਆਨ ਰੱਖੋ ਤੇ ਮਤਲਬ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਜੀ ਸੋ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਥੇ ਜਿੱਤ ਹੁੰਦੀ ਆ ਜਿੱਤ ਖਰ ਹਮੇਸ਼ਾ ਲੋਕ ਸੰਘਰਸ਼ਾਂ ਦੀ ਆ ਜਿਹੜੀ ਉਹ ਜਿੱਤ ਹੋਈ ਆ ਤੇ ਹੋਊਗੀ ਵੀ ਅਸੀਂ ਆਸ਼ਾਵਾਦੀ ਆ ਸੋ ਇਹ ਲੱਗਦਾ ਵੀ ਇਹਨਾਂ ਨੂੰ ਜਾ ਕੇ ਪੰਜਾਬ ਜਦੋਂ ਜਾਣਗੇ ਕੂਚ ਕਰਨਗੇ ਸਿਆਸੀ ਜਿਹੜੇ ਸਮੀਕਰਨ ਨੇ ਉਹ ਬਦਲਨੇ ਚਾਹੀਦੇ ਨੇ ਬਿਲਕੁਲ ਬਦਲਨੇ ਚਾਹੀਦੇ ਆ ਜੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਇਹਨਾਂ ਨਾਲ ਨਹੀਂ ਕਿਸੇ ਕਿਸਾਨਾਂ ਦੇ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਬੀਜੇਪੀ ਹੋਵੇ ਕਾਂਗਰਸ ਹੋਵੇ ਤੇ ਅਕਾਲੀ ਦਲ ਬਾਰੇ ਤਾਂ ਹੁਣ ਕਹਿਣਾ ਹੀ ਕੀ ਹੈ ਇਹ ਬੇੜੀਆਂ 'ਚ ਵੱਟੇ ਹੀ ਉਹਨਾਂ ਨੇ ਪਾਏ ਆ ਸਾਰੇ ਠੀਕ ਹੈ ਉਹ ਇਹਨਾਂ ਦੇ ਭਾਈਵਾਲ ਪਾਰਟੀ ਸੀਗੀ ਉਹਨਾਂ ਨੂੰ ਸਾਰਾ ਪਤਾ ਸੀ ਹੁਣ ਪਹਿਲਾਂ ਕਹਿੰਦੇ ਰੌਲਾ ਪਾਇਆ ਉਹਨਾਂ ਨੇ ਬਹੁਤ ਵਧੀਆ ਸਾਰੇ ਕਾਨੂੰਨ ਕਿਸਾਨਾਂ ਦੇ ਹੱਕ 'ਚ ਹੈ ਤੇ ਹੁਣ ਉਹੀ ਕਹਿੰਦੇ ਆਏ ਆ ਗਲਤ ਹੈ ਹੁਣ ਕੀ ਹੋ ਗਿਆ ਐਡੀ ਛੇਤੀ ਠੀਕ ਹੈ ਇਹ ਤਾਂ ਅਸੀਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਜਿਵੇਂ ਸਾਨੂੰ ਪਾਣੀ ਦੀਆਂ ਵਿਛਾੜਾਂ ਦਿੱਤੀਆਂ ਨਾ ਵੋਟਾਂ ਮੰਗਣ ਦਾ ਇਹਨਾਂ ਨੇ ਵੀ ਜਨਵਰੀ 'ਚ ਆਉਣਾ ਤੇ ਪਾਣੀ ਵਾਲੀਆਂ ਟੈਂਕੀਆਂ ਸਪਰੇ ਵਾਲੀਆਂ ਸਾਡੇ ਕੋਲੇ ਵੀ ਹੈ ਤੇ ਆਉਂਦਿਆਂ ਨੂੰ ਵਿਛਾੜਾਂ ਇੱਕ ਵਾਰ ਜ਼ਰੂਰ ਦਿਓ ਅਗਲੀ ਗੱਲ ਉਹਨਾਂ ਨਾਲ ਬਾਅਦ 'ਚ ਕਰਿਓ ਕਿਉਂਕਿ ਫੇਰ ਹੀ ਪਤਾ ਹੁੰਦਾ ਫੇਰ ਹੀ ਦਰਦ ਦਾ ਪਤਾ ਲੱਗਦਾ ਜਦੋਂ ਅਬਦੇ ਤੇ ਬੀਤਦੀ ਆ ਸੋ ਜੋ ਇਹ ਸੋਡੇ ਨਾਲ ਕਰਦੇ ਨੇ 5 ਸਾਲ ਤੁਸੀਂ ਇਹਨਾਂ ਨੂੰ ਸੁਣਿਆ ਵੋਟਾਂ ਵੇਲੇ ਇਹਨਾਂ ਨੂੰ ਸੁਣਦੇ ਹੋ ਅੱਜ ਇਹਨਾਂ ਨੂੰ ਤੁਹਾਨੂੰ ਸੁਣਨਾ ਚਾਹੀਦਾ ਕਿਸਾਨਾਂ ਨੂੰ ਕਦੇ ਨਹੀਂ ਸੁਣਿਆ ਜਾਂਦਾ ਆਮ ਬੰਦੇ ਨੂੰ ਕਦੇ ਨਹੀਂ ਸੁਣਿਆ ਜਾਂਦਾ ਉਹਦੀ ਕੀ ਤਕਲੀਫ ਆ ਹਮੇਸ਼ਾ ਤੁਹਾਨੂੰ ਸੁਣਾਇਆ ਜਾਂਦਾ ਸੋ ਇਹਨਾਂ ਦੇ ਕੰਨ ਇੰਨੇ ਕੁ ਬੌਲੇ ਕਰ ਦਿਓ ਕਿ ਇਹ ਤੁਹਾਨੂੰ ਵੀ ਸੁਣਨ ਸਾਡੇ ਨਾਲ ਅਮਨਦੀਪ ਨੇ ਸੋਸ਼ਲ ਵਰਕਰ ਨੇ ਬਹੁਤ ਸੋਹਣਾ ਜਿਹੜਾ ਪੰਜਾਬ ਦੇ ਵਿੱਚ ਹੈ ਇਹ ਕੰਮ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਹੀ ਪਹੁੰਚੋ ਕੁੰਡਲੀ ਤੋਂ ਹਾਂਜੀ ਕੁੰਡਲੀ ਤੋਂ ਇੱਧਰ ਆਏ ਆ ਇੱਧਰ ਇਸ ਕਰਕੇ ਆਏ ਆ ਕਿਉਂਕਿ ਦੇਖਿਆ ਜਾਂਦਾ ਸੀ ਸੋਸ਼ਲ ਨੈਟਵਰਕ ਤੇ ਕਿ ਉਧਰਲੇ ਭਰਾਵਾਂ ਨੂੰ ਬਹੁਤ ਦਿੱਕਤਾਂ ਨੇ ਤੇ ਸਾਨੂੰ ਵੀ ਸੀ ਕਿ ਘੱਟੋ ਘੱਟ ਉੱਥੇ ਜਾ ਕੇ ਉਹਨਾਂ ਦਾ ਹਾਲ ਚਾਲ ਤਾਂ ਲਿਆ ਜਾਵੇ ਕਿਉਂਕਿ ਇਹ ਵੀ ਸੁਣਨ 'ਚ ਆਇਆ ਕਿ ਉਹਨਾਂ ਦੀ ਕੋਈ ਕਵਰੇਜ ਨਹੀਂ ਕਰਦਾ ਅਸੀਂ ਜਿਹੜੇ ਨਿਊਜ਼ ਚੈਨਲ ਸਾਡੇ ਭਰਾਵਾਂ ਦੀ ਸਹੀ ਨਿਊਜ਼ ਪਹੁੰਚਾਉਂਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਲੈ ਕੇ ਆਏ ਆ ਕਿ ਪਲੀਜ਼ ਉਧਰ ਜਾਓ ਤੇ ਉਹਨਾਂ ਦੀ ਸਹੀ ਕਵਰੇਜ ਕਰੋ ਤੇ ਉਹਨਾਂ ਦੀ ਆਵਾਜ਼ ਉੱਤੇ ਤੱਕ ਪਹੁੰਚਾਓ ਜੀ ਸੋ ਪੰਜਾਬ ਦੀ ਲੀਡਰਸ਼ਿਪ ਦੀ ਇਹ ਜੀ ਕੀ ਮਜਬੂਰੀ ਹੋ ਗਈ ਕਿ ਉਹ ਆਪਣੀ ਆਪਣੀ ਸਟੇਟ ਦੇ ਕਿਸਾਨਾਂ ਨਾਲ ਹੀ ਨਹੀਂ ਖੜ ਰਹੇ ਪੰਜਾਬ ਦੀ ਲੀਡਰਸ਼ਿਪ ਤਾਂ ਛੱਡੋ ਜੀ ਇੱਥੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਾਰੇ ਦੱਸ ਦਿੰਦੇ
ਕਰਨੇ ਆ ਜਿਹੜੀ ਕਿ ਸ਼ਾਇਦ ਮੋਦੀ ਦੇ ਘਰ ਦੇ ਵਿੱਚ ਹੀ ਬੈਠੀ ਹੈ ਤੇ ਬਹੁਮਤ ਚ ਬੈਠੀ ਹੈ ਉਹਨੂੰ ਦੋ ਪੈਰ ਤੁਰੰਤ ਹੀ ਤਕਲੀਫ ਹੋਈ ਪਈ ਹੈ ਉਹਨੂੰ ਆਉਣਾ ਚਾਹੀਦਾ ਸੀਗਾ ਕੇਜਰੀਵਾਲ ਨੂੰ ਸੰਗੀ ਨੱਪਣੀ ਚਾਹੀਦੀ ਸੀ ਕਿਉਂਕਿ 66 ਤੋਂ ਉੱਪਰ MLA ਨੇ ਉਹਦੇ ਤੇ ਬੜੀ ਅਫਸੋਸ ਦੀ ਗੱਲ ਹੈ ਵੀ ਦਿੱਲੀ ਉਹਦੀ ਆ ਪਰ ਫਿਰ ਵੀ ਕੁਝ ਕੀਤਾ ਨਹੀਂ ਜਾ ਰਿਹਾ ਕਹਿਣ ਦਾ ਮਤਲਬ ਇਹ ਹੈ ਕਿ ਦਿਖਾਵੇ ਦੀ ਰਾਜਨੀਤੀ ਨੂੰ ਬੰਦ ਕੀਤਾ ਜਾਵੇ ਉਹ ਵੀ ਆਪਣੀਆਂ ਕੁਰਸੀਆਂ ਜਿਹੜੀ ਉਹ RSS ਵਾਲੀ ਗੇਮ ਚਲਾ ਰਿਹਾ ਨਾ ਉਹਨੂੰ ਉਹ ਬੰਦ ਕਰਨੀ ਚਾਹੀਦੀ ਹੈ ਜੀ ਸੋ ਪੰਜਾਬ ਦਾ ਇੱਥੇ ਯੂਥ ਆ ਬਹੁਤ ਵੱਡੇ ਲੈਵਲ ਤੇ ਆਇਆ ਹੋਇਆ ਪੰਜਾਬ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਇਹ ਜਿਹੜੇ ਪੱਕੇ ਲੀਡਰ ਜਿਹੜੇ ਚੱਲੇ ਆਉਂਦੇ ਨੇ ਇੱਕੋ ਸੋਚ ਤੇ ਚੱਲੇ ਆਉਂਦੇ ਨੇ ਆਪਣੇ ਨਵੇਂ ਮੁੰਡੇ ਆ ਜਿਹੜੇ ਉਹ ਅੱਗੇ ਲੈ ਕੇ ਆਉਣੇ ਚਾਹੀਦੇ ਆ ਰਾਜਨੀਤੀ ਚ ਪੰਜਾਬ ਦਾ ਯੂਥ ਨਹੀਂ ਜੀ ਪੰਜਾਬ ਦਾ ਬਚਪਨ ਜਵਾਨੀ ਤੇ ਬੁਢਾਪਾ ਤਿੰਨਾਂ ਹੀ ਸੜਕਾਂ ਤੇ ਆ ਈਵਨ ਕਿ ਸਾਡੀਆਂ ਮਾਵਾਂ ਭੈਣਾਂ ਵੀ ਸੜਕਾਂ ਤੇ ਨੇ ਪੰਜਾਬ ਦੇ ਯੂਥ ਨੂੰ ਹੁਣ ਸੋਚਣਾ ਚਾਹੀਦਾ ਮੇਰੇ ਵੀਰ ਨੇ ਪਹਿਲਾਂ ਹੀ ਦੱਸਿਆ ਕਿ ਜਿਵੇਂ ਬੁਛਾੜਾਂ ਦੇਣੀਆਂ ਚਾਹੀਦੀਆਂ ਨੇ ਸਾਰਾ ਕੁਝ ਉਵੇਂ ਹੀ ਸਾਰਾ ਇਹਨਾਂ ਲੀਡਰਸ਼ਿਪ ਨੂੰ ਨਕੇਲ ਕਸਣੀ ਪੈਣੀ ਹੈ ਕਿਉਂਕਿ 47 ਸਾਡੇ ਪੁਰਖਾਂ ਨੂੰ ਦਿਖਾਤੀ 84 ਸਾਡੇ ਮਾਂ ਪਿਓ ਨੂੰ ਦਿਖਾਤੀ ਆ 220 ਆ ਇਹ ਅਸੀਂ ਇਹਨਾਂ ਨੂੰ ਦਿਖਾਉਣੀ ਆ ਅਸੀਂ ਆਪ ਨਹੀਂ ਦੇਖਣੀ ਹੈ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਨੇ ਮੀਡੀਆ ਦੇ ਮਨਾਂ 'ਚ ਵੀ ਸਵਾਲ ਨੇ ਕਿ ਕੁਝ ਸਮਝ ਨਹੀਂ ਆ ਰਿਹਾ ਕਿ ਜਿਹੜਾ ਧਰਨੇ ਆ ਨਾ ਜਾਂ ਸਿਆਸਤ ਆ ਕੀ ਕਰਵਟ ਬਦਲ ਸਕਦੀ ਆ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਜੇ ਅੱਜ ਆਪਣਾ ਹੱਕ ਲੈਣ ਦੇ ਲਈ ਹਰ ਇੱਕ ਕਿਸਾਨ ਪਰਿਵਾਰ ਅੰਨਦਾਤਾ ਜੇ ਅੱਜ ਸੜਕਾਂ ਤੇ ਬੈਠਾ ਹੈ ਨਾ ਤੇ ਉਹਨੂੰ ਆਪਣੇ ਬਾਰੇ ਅੱਗੇ ਵੀ ਪਤਾ ਸੋਚ ਸਮਝ ਕੇ ਜੋ ਵੀ ਵੱਡੇ ਸਾਡੇ ਵੱਡੇ ਬੈਠੇ ਨੇ ਸਾਡੇ ਨਾਲ ਜੋ ਵੀ ਉਹ ਮੈਨੂੰ ਲੱਗਦਾ ਡਿਊਟੀ ਹਰ ਇੱਕ ਦੀ ਲਾਉਣਗੇ ਜਾਂ ਉਹ ਇੰਨੇ ਕੁ ਸਿਆਣੇ ਹੋ ਚੁੱਕੇ ਆ ਤੇ ਮੈਨੂੰ ਲੱਗਦਾ ਕਿ ਬਦਲਾਵ ਜ਼ਰੂਰੀ ਹੈ ਜੀ ਸੋ ਦੋਸਤੋ ਇਹ ਸੀ ਸਾਡੇ ਨਾਲ ਅਮਨਦੀਪ ਹੋਰੀ ਤੇ ਵੀਰ ਮਨਵਿੰਦਰ ਹੋਰੀ ਸੋ ਜੁੜੇ ਰਹੋ ਰੰਗ FM ਦੇ ਨਾਲ ਅਸੀਂ ਕਿਸਾਨ ਵੀਰਾਂ ਨਾਲ ਵੀ ਥੋੜੇ ਟਾਈਮ ਤੱਕ ਗੱਲਬਾਤ ਕਰਾਂਗੇ ਅਸੀਂ ਵੀ ਕੁੰਡਲੀ ਤੋਂ ਜਿਹੜਾ ਲੰਬਾ ਸਫ਼ਰ ਜਿਹੜਾ ਕਰਕੇ ਆ ਜਾਮਾਂ ਦੇ ਵਿੱਚ ਨਿਕਲਦੇ ਹੋਏ ਇੱਥੇ ਪਹੁੰਚੇ ਹਾਂ ਇੱਥੇ ਵੀ ਜਿਹੜਾ ਗੋਦੀ ਮੀਡੀਆ ਫਿਰਦਾ ਰਹਿੰਦਾ ਕਿਸਾਨ ਵੀਰਾਂ ਨੂੰ ਇੱਕੋ ਇੱਕ ਬੇਨਤੀ ਆ ਕਿ ਜਿਹੜਾ ਹੁੱਲੜਬਾਜ਼ੀ ਆ ਉਹਦਾ ਧਿਆਨ ਰੱਖਿਆ ਜਾਵੇ ਤੁਹਾਨੂੰ ਮੀਡੀਆ ਆ ਕੇ ਜੇ ਕੋਈ ਇਹੋ ਜਿਹਾ ਸਵਾਲ ਕਰਦਾ ਜਾਂ ਉਹ ਆਪਣੇ ਲਫ਼ਜ਼ ਤੁਹਾਡੇ ਮੂੰਹ 'ਚ ਪਾਉਂਦਾ ਤਾਂ ਤੁਸੀਂ ਵਿਰੋਧ ਨਹੀਂ ਕਰਨਾ ਜਾਂ ਕੋਈ ਕੁੱਟਮਾਰ ਨਹੀਂ ਕਰਨੀ ਤੁਸੀਂ ਆ ਜਿਹੜਾ ਉਹ ਸ਼ਾਂਤ ਰਹਿਣਾ ਆ ਸੇ ਤੁਹਾਡੀ ਜਿਹੜੀ ਅੱਖ ਆ ਉਹ ਹੁਣ ਬਾਜ ਵਰਗੀ ਹੋਣੀ ਚਾਹੀਦੀ ਆ ਸੋ ਮੈਂ ਇੰਨੀ ਕਹਾਂਗਾ ਜੁੜੇ ਰੰਗ FM ਦੇ ਨਾਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ